ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ ਲੋਕਾਂ ਨੂੰ ਹੋਵੇਗਾ ਹਰ ਹੋਰ ਵੀ ਔਖਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮ ਕਾਜ ਵਿੱਚ ਹੋਰ ਖੁਸ਼ਲਤਾ ਲਿਆਉਣ ਲਈ ਮਾਲੀਏ ਵਿੱਚੋਂ ਚੋਰੀ ਨੂੰ ਰੋਕਣ ਲਈ ਕੈਂਪ ਫੈਸਲਾ ਲੈਂਦਾ ਹੈ ਕਾਲਜ ਰੂਪ ਵਿੱਚ ਉਪਲਬਧ ਸਟੈਪ ਪੇਪਰਸ ਨੂੰ ਖਤਮ ਕਰ ਦਿੱਤਾ ਹੈ ਹੁਣ ਤੋਂ ਹਰ ਕੀਮਤ ਕਮ ਕੀਮਤ ਦਾ ਸਟੈਪ ਪੇਪਰ ਇਸਟੈਪ ਯਾਨੀ ਕੰਪਿਊਟਰ ਪ੍ਰਿੰਟ ਆਊਟਰ ਆਹੀ ਕਿਸੇ ਵੀ ਸਟੈਪ ਵਿਕਰੇਤਾ ਜਾਂ ਪੰਜਾਬ ਸਰਕਾਰ ਦੁਆਰਾ ਅਧਿਕਾਰਿਤ ਬੈਂਕ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਸਹੂਲਤ ਨੂੰ ਸ਼ੁਰੂ ਕਰਨ ਤੋਂ ਬਾਅਦ ਪੰਜਾਬ ਦੇ ਮਾਲ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਦਿਨਪਾ ਨੇ ਦੱਸਿਆ ਹੈ ਕਿ ਪਹਿਲਾਂ ਇਹ ਸਹੂਲਤ ਸਿਰਫ 2000 ਰੁਪਏ ਤੋਂ ਵੱਧ ਦੇ ਸਟੈਪ ਪੇਪਰਾਂ ਤੋਂ ਉਪਲਬਧ ਸੀ ਅਸੀਂ ਹੁਣ ਇਸ ਸਹੂਲਤ ਨੂੰ 1 ਰੁਪਏ ਦੇ ਸਟੈਪ ਪੇਪਰ ਤੱਕ ਵਧਾ ਦਿੱਤਾ ਹੈ ਸਟੈਰ ਸਟੈਂਪ ਪੇਪਰ ਹੁਣ ਇਸ ਸਟੈਂਪ ਪਰ ਆਹੀ ਪ੍ਰਾਪਤ ਕੀਤੇ ਜਾ ਸਕਦੇ ਨੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਹ ਲੈ ਗਈ ਇਸ ਫੈਸਲੇ ਨਾਲ 35 ਕਰੋੜ ਰੁਪਏ ਦੀ ਸਾਲਾਨਾ ਬਜਟ ਹੋਏਗੀ ਜੋ ਕਿ ਸਟੈਂਪ ਪੇਪਰਾਂ ਦੀ ਛਪਾਈ ਤੇ ਖਰਚੇ ਹੋ ਰਹੇ ਨੇ ਖਬਰ ਲਾ ਸਕਦੇ ਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ